fireside. आए हाय आए ताना धर्म नाल बड़ा ज्यादा जी करी जांदा बड़ा ही ज्यादा यार आ जी आए ताना धर्म नाल बड़ा ज्यादा जी करी जांदा बड़ा ही ज्यादा जी करी जांदा ए बन जी बड़ा ही ज्यादा जी करी जांदा ओए सारे आज तेरी नींद दा ठीक आ ਕੀ ਮਤਲਬ ਹੈ ਤੇਰਾ ਓਏ ਮੇਰਾ ਮਤਲਬ ਤੇਰਾ ਕਿਹੜੀ ਗੱਲ ਨੂੰ ਜੀ ਕਰੀ ਜਾਂਦਾ ਓ ਮੇਰਾ ਮਤਲਬ ਆ ਕਿ ਸਵੇਰੇ ਸਵੇਰੇ ਬੱਸ ਚੜ ਕੇ ਸ਼ਹਿਰ ਨੂੰ ਚੱਲੀਏ ਤੇ ਰੰਗ ਬਰੰਗੀ ਦੁਨੀਆ ਦੇਖੀਏ ਓਏ ਜਿਵੇਂ ਕੰਜਰ ਦਿਆ ਤੇਰਾ ਨਾ ਮੋਰ ਆ ਖਬਰ ਆ ਤੈਨੂੰ ਕੋਈ ਮੋਰ ਨਹੀਂ ਮਿਲ ਜੇ ਤੇ ਜਿਵੇਂ ਤੇਰੇ ਯਾਰ ਦਾ ਨਾ ਤੋਤਾ ਹੈ ਓ ਖਬਰ ਆ ਸਾਨੂੰ ਕੋਈ ਮੈਣਾ ਹੀ ਮਿਲ ਜੇ ਓਏ ਤੂੰ ਬਾਲੇ ਸੁਪਨੇ ਖਿਆਲਾਂ ਦੇ ਰਮਾਲ ਜੇ ਨਾ ਬੁਣੀ ਜਾਇਆ ਕਰ ਬਹਿ ਜਾ ਚੁੱਪ ਕਰਕੇ ਹੈ ਓ ਨਾ ਗੱਲ ਸੁਣ ਮੋਰ ਆਪਾਂ ਕਾਹਨੂੰ ਸ਼ਹਿਰ ਨਾ ਚੱਲੀਏ ਫਿਲਮ ਦੇਖਣ ਓਏ ਬਾਈ ਜੀ ਤਾਂ ਮੇਰਾ ਵੀ ਕਰਦਾ ਫਿਲਮ ਦੇਖਣ ਨੂੰ ਮਹੀਨਾ ਹੋ ਗਿਆ ਨਾਲੇ ਤੈਨੂੰ ਪਤਾ ਬਾਈ ਕੱਲ ਨੂੰ ਪਾਣੀ ਦੀ ਵਾਰੀ ਵੀ ਆ ਨਾਲੇ ਸਵੇਰੇ ਸਵੇਰੇ ਖਾਲ ਵੀ ਕੱਢਣਾ ਉਹ ਗੱਲ ਸੁਣ ਮੇਰੀ ਤੂੰ ਬਾਈ ਦੀ ਫਿਕਰ ਨਾ ਕਰ ਬਸ ਤੂੰ ਮੇਰੇ ਮਗਰ ਲੱਗੀ ਜਿਵੇਂ ਮੈਂ ਕਹੂੰਗਾ ਉਵੇਂ ਕਰੀ ਚੱਲੀ ਰਹੀ ਗੱਲ ਪੱਠਿਆਂ ਦੀ ਸਵੇਰੇ ਪੱਠੇ ਲਿਆ ਕੇ ਕੁਤਰ ਕੇ ਵੱਢ ਕੇ ਸਿੱਟ ਜਾਵਾਂਗੇ ਤੇ ਰਹੀ ਗੱਲ ਖਾਲ ਦੀ ਥੋੜ੍ਹੀ ਜਿਹੀ ਖਾਲ ਹੈਗੀ ਆ ਬਾਈ ਆਪੇ ਕੱਢ ਦੇ ਉਹ ਬਾਈ ਦਾ ਆਪਾਂ ਸਾਰਾ ਕੰਮ ਕਰਦੇ ਆ ਜੇ ਮਹੀਨੇ ਬਾਅਦ 500-700 ਰੁਪਿਆ ਦੇ ਵੀ ਦਿਓ ਉਹ ਬਾਈ ਦਾ ਕਿਹੜਾ ਢੂਹਾਂ ਪਾੜ ਦਾ ਕੰਮ ਲਿਆ ਉਹ ਗੱਲ ਕੀ ਕਰਦਾ ਮੋਰਾ ਗੱਲ ਸੁਣ ਮੇਰੀ ਤੈਨੂੰ ਪਤਾ ਹੀ ਆ ਵੀ ਬਾਈ ਆਪਣੇ ਹਰ ਦੁੱਖ ਦੁੱਖ ਦੇ ਵਿੱਚ ਆਪਣਾ ਸਾਥ ਦਿੰਦਾ ਹੈ ਟੈਨਸ਼ਨ ਆ ਰਹਾ ਹੈ ਰੋਟੀ ਖਾ ਕੇ ਜਾਵਾਂਗੇ ਕਿਆ ਪੀ ਕੇ ਜਾਵਾਂਗੇ ਪੈਸਿਆਂ ਦੀ ਕੀ ਗੱਲ ਕਰਦਾ ਮੋਰਾ ਓਏ ਐਂ ਤਾਂ ਮੈਨੂੰ ਪਤਾ ਅਮਰੀਕ ਬਾਈ ਮੇਰਾ ਦਿਲ ਦਾਣੀ ਮਾੜਾ ਦਿਲਦਾਣੀ ਮਾੜਾ ਬਾਈ ਉਹ ਟੈਨਸ਼ਨ ਕੋ ਲੈਣਾ ਮੋਰਾ ਮੈਂ ਤੈਨੂੰ ਕੱਲ ਨੂੰ ਫਿਲਮ ਵਿਖਾ ਕੇ ਲਿਆਉਂਗਾ ਓਏ ਵਿਖਾ ਕੇ ਨਹੀਂ ਲਿਆਵੇਂਗਾ ਵੇਖ ਕੇ ਆਵਾਂਗੇ ਓਏ ਸਮਝ ਗਿਆ ਤੂੰ ਓਏ ਆਹੋ ਸਮਝ ਗਿਆ ਹੁਣ ਪੈ ਜਾ ਚੁੱਪ ਕਰਕੇ ਤੜਕੇ ਜਲਦੀ ਉੱਠਣਾ ਗੁੱਡ ਬਾਈ ਟਨਾਈਟ ਓਏ ਮੈਨੂੰ ਨਹੀਂ ਕਹਿਣਾ ਆਉਂਦਾ ਗੁੱਡ ਬੈਟਰ ਪਰੇ ਕਰੇ ਨੂੰ ਗਰਮੀ ਆਉਂਦੀ ਯਾਰ ਲੈਲਾ ਕੋਈ ਨਾ ਅੱਗੇ ਕਰ ਓਏ ਤੂੰ ਲੈਲਾ ਓਏ ਪਰ ਮੈਂ ਤੈਨੂੰ ਦੱਸਾਂ ਪੈ ਜਾ ਰਾਮ ਨਾਲ ਮੈਂ ਤੇਰੇ ਹੂੜੇ ਮਾਰਾਂ ਓਏ ਤੂੰ ਇਹ ਹੈ ਮੈਨੂੰ ਗਰਮੀ ਆਈ ਨਾ ਇੰਨੀ ਗਰਮੀ ਜਦੋਂ ਠੰਡ ਛਿੜੀ ਮੈਂ ਤਾਂ ਅਮਲੀ ਬੰਦੇ ਨੂੰ ਬਈ ਪਾਂਬਾ ਜਣੀ ਜਾਂਦਾ ਮੈਂ ਦਾ ਸੋਨਾ ਲੈ ਮੋਰ ਗੱਲ ਬਣ ਗਈ ਜਮਾ ਹੀ ਪੱਠੇ ਵੀ ਪਾ ਦਿੱਤੇ ਆਪਾਂ ਪਸ਼ੂਆਂ ਨੂੰ ਤੇ ਨਵਾ ਧਵਾ ਵੀ ਦਿੱਤਾ ਤੇ ਪਾਣੀ ਵੀ ਪਿਆਤਾ ਜੇ ਪੈਸੇ ਮੈਂ ਕਹਿੰਦਾ ਨਾ ਬਾਈ ਤੋਂ ਧਰਮ ਨਾਲ ਬਾਲੇ ਹੀ ਨੇ ਯਾਰ ਤੁਰ ਫਿਟੇ ਮੂੰਹ ਤੇਰੇ ਉਹ ਮੈਂ ਤੈਨੂੰ ਕਿਹਾ ਨਾ ਮੈਂ ਤੈਨੂੰ ਲੈ ਕੇ ਆ ਟੈਨਸ਼ਨ ਨਾ ਲੈ ਪੈਸਾ ਦਾ ਆ ਗਏ ਤੁਸੀਂ ਸਾਥੀ ਦਾ ਸਤਿ ਸ੍ਰੀ ਅਕਾਲ ਮੈਂ ਤਾਂ ਕਿਤੇ ਇਕੱਠਾ ਕੇ ਲਿਆਉਣੇ ਪੈਣਗੇ ਬੜੇ ਨਿਖਰੇ ਫਿਰਦੇ ਹੋਏ ਉਹ ਨਹੀਂ ਨਹੀਂ ਬਾਈ ਜੀ ਦੇਖੋ ਜੀ ਅਸੀਂ ਪੱਠੇ ਵੱਢ ਕੇ ਕੁਤਰ ਕੇ ਪਾ ਵੀ ਆਏ ਉਹ ਬਾਈ ਜੇ ਨਹੀਂ ਯਕੀਨ ਆਉਂਦਾ ਨਾ ਜਾ ਕੇ ਬਾਹਰਲੇ ਘਰੇ ਜਾ ਕੇ ਦੇਖਿਆ ਚਲੋ ਐਂ ਕਰੋ ਹੁਣ ਰੋਟੀ ਖਾ ਲਓ ਤੇ ਆਪਾਂ ਖੇਤ ਨਾਲ ਖਾਲ ਕਰਨ ਜਾ ਬਾਈ ਜੀ ਅੱਜ ਸਾਡਾ ਜੀ ਪੂੜੀਆਂ ਸਮੋਸੇ ਖਾਣ ਨੂੰ ਦਿਲ ਕਰਦਾ ਸੀ ਤੇ ਨਾਲੇ ਮੋਰ ਕਹਿੰਦਾ ਸੀਗਾ ਕਿ ਉਹ ਮੈਨੂੰ ਸਾਰਾ ਪਤਾ ਪੁੱਛਿਆ ਤੁਸੀਂ ਕਿਹੜੀਆਂ ਛੋਲੇ ਪੂੜੀਆਂ ਖਾਣਾ ਸਿੱਧਾ ਜ਼ੋਨ ਇਹ ਫਿਲਮ ਦੇਖਣ ਜਾਣਾ ਹਾਂ ਬਾਈ ਅਸੀਂ ਸ਼ਹਿਰ ਫਿਲਮ ਦੇਖ ਕੇ ਜਾਓ ਵੇਖਿਓ ਫਿਲਮ ਪਰ ਟਾਈਮ ਨਾ ਆ ਜਾਓ ਬਾਈ ਜੀ ਤੁਹਾਨੂੰ ਪਤਾ ਹੈ ਜੀ ਸ਼ਹਿਰ ਵੀ ਤਾਂ ਪੈਸਿਆਂ ਨਾਲ ਹੀ ਜਾਇਆ ਜਾਊਗਾ ਤੇ ਫਿਲਮ ਵੀ ਪੈਸਿਆਂ ਨਾਲ ਹੀ ਦੇਖੀ ਜਾਊਗੀ ਤੇ ਮੈਂ ਕਹਿੰਦਾ ਸੀਗਾ ਵੀ ਜੇ ਤੁਸੀਂ ਸਾਨੂੰ ਥੋੜੇ ਜੇ ਪੈਸੇ ਦੇ ਦਿੰਦੇ ਤਾਂ ਓ ਨੋ ਓਏ ਹਾਲਾ ਤੋਤਿਆ ਤੁਸੀਂ ਤਾਂ ਕਰੋ ਐਸ਼ ਤੇ ਨਾਲੇ ਬਾਈ ਜੀ ਅਸੀਂ ਕੱਲ ਨੂੰ ਆਵਾਂਗੇ ਜੀ ਇਹਦਾ ਮਤਲਬ ਤੁਸੀਂ ਜੱਸੇ ਕੋਲੇ ਰਹੋਗੇ ਰਾਤ ਬਾਈ ਜੀ ਕਮਾਲ ਕਰਤੀ ਜੀ ਸ਼ਹਿਰ ਜਾਈਏ ਤੇ ਜੱਸੇ ਨੂੰ ਨਾ ਮਿਲੀਏ ਇਹ ਕਿਵੇਂ ਹੋ ਸਕਦਾ ਜੀ ਓ ਜਿੱਥੇ ਤੁਸੀਂ ਚੱਲੇ ਹੋ ਨਾ ਉੱਥੇ ਪੈਸੇ ਵੱਧ ਲੱਗਦੇ ਆ ਅੱਲਾ ਹੋਰ ਲੈ ਜਾ ਮਣ ਗਈ ਗੱਲ ਲੈ ਵੀ ਅਮਰੀਕਸਿਆ ਅੱਜ ਤਾਂ ਖਾਲ ਕੱਲੇ ਨੂੰ ਕੱਢਣਾ ਪਊ ਕਿਵੇਂ ਆ ਤੋਤਾ ਮੋਰ ਕਿਹੜੇ ਜੰਗਲ ਦੀ ਸੈਰ ਕਰਨ ਚੱਲੇ ਹੋ ਤੂੰ ਕੌਣ ਆ ਬਾਈ ਲੱਗਦਾ ਪਛਾਣਿਆ ਨਹੀਂ ਤੁਸੀਂ ਮੈਨੂੰ ਨਹੀਂ ਮੈਂ ਅਮਰੀਕ ਦਾ ਦੋਸਤ ਚੜ੍ਹਦਾ ਉਹ ਪਛਾਣ ਲਿਆ ਤੂੰ ਉਹੀ ਨਹੀਂ
ਜਿਹੜਾ ਬਾਈ ਮਰੀਕ ਨੂੰ ਬਹੁਤ ਲੈ ਕੇ ਬੁਲਾਉਂਦਾ ਹੁੰਦਾ ਸੀ। ਓਏ ਹਾਂ ਹਾਂ ਮਰੀਕ ਬਾਈ ਦਾ ਸ਼ੇਰਾ ਸ਼ੇਰ। ਓ ਹਾਂ ਹਾਂ ਕਿੰਨਾ ਤਾਂ ਮੈਂ ਤੁਹਾਡੇ ਪਿੰਡ ਰਹਿੰਦਾ ਹੁੰਦਾ ਸੀ। ਓ ਹਾਂ ਹਾਂ 8-9 ਸਾਲ ਹੋ ਗਏ ਤੈਨੂੰ ਪਿੰਡ ਆਏ ਨੂੰ। ਮੈਂ ਵੀ ਕਿਹਾ ਵੀ ਕਾਫੀ ਚਿਰ ਹੋ ਗਏ ਦੇਖੇ ਹੀ। ਸੱਚ ਮਰੀਕ ਬਾਈ ਘਰੇ ਹੀ ਆ? ਓਏ ਹਾਂ ਹਾਂ ਮਰੀਕ ਬਾਈ ਤਾਂ ਘਰੀ ਹੈ, ਉਹ ਮਿਲਣਾ ਜਾ ਕੇ। ਚੱਲ ਮਿਲਦਾ ਮੈਂ ਜਾ ਕੇ। ਜਮਾ ਹੀ ਗੱਲ ਬਣ ਗਈ, ਹੁਣ ਗੱਲ ਸੁਣ ਮੇਰੀ, ਇਹ ਆਪੇ ਜਾ ਕੇ ਬਾਈ ਨਾਲ ਖੜ ਖੜਾਊਗਾ, ਆਪਣਾ ਕੰਮ ਬਣ ਗਿਆ, ਆਪਾਂ ਹੁਣ ਟੌਰ ਨਾਲ ਚੱਲਾਂਗੇ। ਚੱਲਾਂਗੇ ਨਿਕਲ ਚੱਲ। ਉਹ ਮੌਲਿਆ ਮਰੇ ਯਾਰਾ, ਉਹ ਘਰੇ ਆ। ਓਏ ਆ ਕਿੱਥੋਂ ਆ ਗਿਆ ਸਵੇਰੇ ਸਵੇਰੇ? ਤੂੰ ਜਦੋਂ ਵੀ ਸਾਲਿਆ ਮਿਲਿਆ ਨਾ, ਕੋਈ ਨਾ ਕੋਈ ਪੰਗਾ ਜ਼ਰੂਰ ਪਿਆ। ਕੁਛ ਆਖਿਆ ਮੌਲਿਆ? ਓਏ ਕੁਛ ਨੀ ਕੁਛ ਨੀ, ਆ ਜਾ ਬਹਿਨੇ ਆ। ਹੋਰ ਚਾਹ ਪੀਏਗਾ? ਓ ਨਹੀਂ ਨਹੀਂ ਚਾਹ ਨੀ ਪੀਣੀ। ਹੋਰ ਸੁਣਾ ਤੇਰਾ ਕੀ ਹਾਲ ਹੈ? ਮੈਂ ਤਾਂ ਠੀਕ ਹੈ, ਚੜ੍ਹ ਪਿਆ, ਤੂੰ ਸੁਣਾ ਤੇਰੇ ਕੀ ਹਾਲ ਹੈ? ਓ ਮੈਂ ਤਾਂ ਠੀਕ ਹੈ, ਤੂੰ ਦੱਸ ਕਿਵੇਂ ਮਾੜੀ ਸਿਹਤ ਜੀ ਬਣਾਈ ਬੈਠਾ, ਕੋਈ ਨਸ਼ਾ ਪੱਤਾ ਤਾਂ ਨਹੀਂ ਕਰਨ ਲੱਗ ਗਿਆ? ਓ ਨਹੀਂ ਚੜ੍ਹ ਪਿਆ, ਬਿਮਾਰ ਜਿਹਾ ਹੋ ਗਿਆ ਸੀ। ਕੀ ਹੋ ਗਿਆ ਸੀ ਇਹੋ ਜਿਹਾ? ਹੁਣ ਤਾਂ ਠੀਕ ਹੈ? ਓ ਇਹਨਾਂ ਗੱਲਾਂ ਨੂੰ ਛੱਡ ਚੜ੍ਹ ਪਿਆ, ਚੱਲ ਆ ਜਾ ਤੈਨੂੰ ਖੇਤ ਸੈਰ ਕਰਾ ਕੇ ਲਿਆ। ਚੱਲ ਫਿਰ। ਪਰ ਭੱਜ ਕੇ ਵੀ ਗਿਆ ਸੀ, ਉੱਥੇ ਜਾ ਕੇ ਵੀ ਕੁੱਤੇ ਖਾਣੀ ਹੋਈ ਆ। ਓਏ ਆ ਜਾ ਹੁਣ, ਕੀ ਸੋਚੀ ਜਾਂਦਾ? ਓ ਚੱਲ ਵੀ ਚੜ੍ਹ ਤਿਆ, ਗਲ ਪੈ ਢੋਲ ਵਜਾਉਣਾ ਹੀ ਪਊ। ਓਏ ਆ ਜਾ ਫਿਰ, ਤੈਨੂੰ ਸੌਖੇ ਕੰਮ ਤੇ ਲਾ ਦੇਣਾ, ਮੈਂ ਘੜਦਾ ਤੂੰ ਘਰ ਚੱਕ। ਹਾਂ ਬਾਈ ਹਲਕਾ ਫੁਲਕਾ ਕੰਮ ਤਾਂ ਮੈਂ ਕਰਨਾ। ਆ ਜਾ ਆ ਜਾ ਚੋ। ਚੜ੍ਹਿਆ ਮੈਂ ਨੱਕਾ ਮਾਰਿਆ ਵਾ, ਮਾਰਿਆ ਰਾਤ ਨੂੰ ਪਾਣੀ ਵੱਢਾਂਗੇ ਤੇ ਸਿੱਧਾ ਆਪਣੇ ਕਿਆਰੇ। ਠੀਕ ਹੈ ਠੀਕ ਹੈ ਕੀ ਹਾਲ ਆ? ਉਹ ਠੀਕ ਹੈ ਪੰਛੀਆ, ਅੱਜ ਤਾਂ ਪਾਣੀ ਦੀ ਵਾਰੀ ਲੱਗਦੀ ਆ। ਹਾਂ ਪੰਛੀਆ, ਅੱਜ ਰਾਤ ਨੂੰ ਪਾਣੀ ਦੀ ਵਾਰੀ ਆ। ਆ ਮੁੰਡਾ ਕੌਣ ਹੈ? ਇਹ ਆਪਣਾ ਮਿੱਤਰ ਹੈ। ਕਿਹੜੇ ਪਿੰਡੋਂ ਕੀ ਨਾਂ ਇਹਦਾ? ਮੇਰਾ ਨਾਂ ਬਾਈ ਚੜ੍ਹਤ ਹੈ, ਮੈਂ ਸ਼ਹਿਰ 'ਚੋਂ ਆ। ਅੱਜ ਤਾਂ ਫਿਰ ਚੱਲੂ ਦਾਰੂ ਮੁਰਗਾ ਰਹੂਗਾ ਬਾਈ ਲੱਗਦਾ ਰਾਤ ਨੂੰ ਅੱਜ। ਉਹ ਤਾਂ ਇਹਨੂੰ ਪਤਾ ਹੈ। ਚੱਲ ਚੰਗਾ ਬਾਈ, ਚੱਲਦਾ ਮੈਂ ਫਿਰ। ਹੈਂ ਚੰਗਾ ਪੰਛੀਆ ਚੰਗਾ। ਬੰਦਾ ਕਿਤੇ ਦੇਖਿਆ ਲੱਗਦਾ। ਚੜ੍ਹਿਆ ਬਾਈ ਨਹਾ ਲਾ, ਮੈਂ ਪਸ਼ੂ ਨੂੰ ਪੱਠੇ ਪਾਇਆ ਵਾ। ਅੱਛਾ ਪਸ਼ੂ ਵੀ ਰੱਖਿਆ ਬਾਈ? ਹਾਂ ਪਸ਼ੂ ਵੀ ਰੱਖਿਆ, ਖੇਤੀਬਾੜੀ ਚ ਕੁਛ ਨੀ ਬਚਦਾ, ਕਰਦਾ ਗੁਜ਼ਾਰਾ ਜਿਹੜਾ ਪਸ਼ੂਆਂ ਦੇ ਦੁੱਧ ਵੇਚ ਕੇ ਚੱਲਦਾ। ਠੀਕ ਹੈ ਬਾਈ। ਹੋਰ ਬਾਈ ਪਾਇਆ ਪੱਠੇ? ਹਾਂ ਚੜ੍ਹਿਆ। ਇੱਕ ਗੱਲ ਤਾਂ ਹੈ ਬਾਈ, ਪਿੰਡ 'ਚ ਬਹੁਤ ਨਜ਼ਾਰਾ ਯਾਰ, ਕਿੰਨੀ ਸ਼ਾਂਤੀ ਦਾ ਮਾਹੌਲ ਹੈ, ਅਤੇ ਸ਼ਹਿਰ 'ਚ ਕਿੰਨਾ ਪ੍ਰਦੂਸ਼ਣ, ਗੱਡੀਆਂ ਦੀ ਪੂੰਪਾਂ ਟੀਂਟਾਂ ਚੱਲਦਾ ਯਾਰ। ਓਏ ਪਿੰਡਾਂ ਦਾ ਕਰਕੇ ਤੇਰੇ ਸ਼ਹਿਰ ਦੇ ਕਾਰੋਬਾਰ ਚੱਲਦੇ ਆ ਬੱਲਿਆ। ਬਾਈ ਇੱਕ ਗੱਲ ਤਾਂ ਹੈ, ਤੈਨੂੰ ਮਿਲ ਕੇ ਨਾ ਦਿਲ ਵਾਗੋ ਵਾਗ ਹੋ ਜਾਂਦਾ, ਜੀ ਕਰਦਾ 4-5 ਦਿਨ ਤੇਰੇ ਕੋਲ ਰਹਾ। ਉਹ ਸਾਲਿਆ ਕੋਈ ਕਾਂਡ ਕੁੰਡ ਤਾਂ ਨਹੀਂ ਕਰਕੇ ਆਇਆ? ਓ ਨਹੀਂ ਬਾਈ ਕੋਈ ਕਾਂਡ ਕੁੰਡ ਨਹੀਂ ਕਰਕੇ ਆਇਆ ਮੈਂ। ਉਹ ਦੇਖੀ ਕਿਤੇ ਮੌਰ ਹੀ ਨਾ ਘਟਾ ਦੀ, ਪਤਾ ਕੋਈ ਨਹੀਂ ਤੇਰਾ ਸ਼ੇਰਾ। ਓ ਨਹੀਂ ਬਾਈ ਬੜੇ ਚਿਰਾਂ ਬਾਅਦ ਮਿਲਿਆ, ਫਿਰ ਪਤਾ ਨਹੀਂ ਕਦੋਂ ਮਿਲਾਂਗੇ। ਫਿਰ ਕੀ ਤੂੰ ਤਪੱਸਿਆ ਕਰਨ ਜਾਣਾ ਜੰਗਲਾਂ 'ਚ? ਤਪੱਸਿਆ ਦਾ ਸਾਧ ਕਰਦਿਆ,
मैं तेन के पासो साथ दिना? वो तेरा साथ सूथ का तो नहीं मैनू पता, पर असि पिंड साथ ही होंगे, मिट्टी ना मिट्टी होंगे। ये गल तो ठीक है भाई तेरी। और मीट खाएगा? खावे भाई। तुसी तो शहर आले तो नहीं खवाते, पर असि पिंड होंगे, खाए गए की पूरी कदर करते हैं। चल आ जा। चल भाई फिर खवाएंगा अज। हाँ आ जा, जा। शहर विच परसों वारदात हुई आ, बहुत वड्डी चोरी हुई आ, नाले खून खराबा भी होया, चार बंदिया ने वारदात नूं अंजाम दिता इस नूं। साहब जी फिर कोई फड़िया गया उन्हां चो तां नहीं? पंछिया उन्हां चो तीन बंदे तां फड़े गए, उन्हां दा मेन बंदा जिहड़ा इक आ ਉਹ ਖਾਸ ਫੜਨ ਵਾਲਾ ਬਾਕੀ ਆ ਹਜੇ। ਉਹ ਕੌਣ ਆ ਸਾਹਿਬ ਜੀ, ਕੁਝ ਲੱਗਿਆ ਪਤਾ? ਹਾਂ ਲੱਗਿਆ ਪਤਾ, ਆ ਉਹਦੀ ਫੋਟੋ ਆ, ਮੈਨੂੰ ਛੇਤੀ ਤੋਂ ਛੇਤੀ ਬੰਦਾ ਇਹ ਚਾਹੀਦਾ। ਸਾਹਿਬ ਜੀ ਥੋੜ੍ਹਾ ਜਿਹਾ ਖਰਚਾ ਪਾਣੀ। ਪੰਛੀਆ ਖਰਚਾ ਪਾਣੀ ਅੱਧਾ ਤੈਨੂੰ ਕੱਲ ਨੂੰ, ਬਾਕੀ ਕੰਮ ਹੋਣ ਤੋਂ ਬਾਅਦ, ਠੀਕ ਹੈ? ਕਰ ਗਿਆ ਨਾ ਪੁਲਿਸ ਵਾਲਿਆਂ ਵਾਲੀ ਕੰਮ ਵੀ, ਹੁਣ ਮੈਂ ਕੱਲ ਤੋਂ ਸ਼ੁਰੂ ਕਰੂੰ। ਲੈ ਵੀ ਚੜ ਪਿਆ, ਮੀਟ ਆਪਣਾ ਬਣ ਗਿਆ। ਠੀਕ ਆ ਬਾਈ। ਚੜ੍ਹਦਿਆ ਸਾਢੇ ਨੌ ਵਜੇ ਵੱਢਣਾ ਪਾਣੀ ਆਪਾਂ। ਠੀਕ ਆ ਬਾਈ। ਚੜ੍ਹਦਿਆ ਹਿਸਾਬ ਨਾਲ ਪੀ, ਆਪਾਂ ਨਾ ਪਾਣੀ ਵੱਢਣ ਜਾਣਾ ਰਾਤ ਨੂੰ। ਉਹ ਬਾਈ ਜਦੋਂ ਨੂੰ ਪਾਣੀ ਵੱਢਣ ਜਾਣਾ ਉਦੋਂ ਨੂੰ ਤਾਂ ਲੈ ਜਾਓ, ਇਹ ਇੱਕ ਇੱਕ ਪੈਗ ਹੋਰ ਲੈ ਗਏ, ਸਰੂਰ ਜਾ ਨਹੀਂ ਹੋਇਆ। ਬਾਈ ਮਰੀਕ ਅੱਜ ਆ ਕੱਸੀ ਦੀ ਵਾਰੀ, ਹਰੇ ਕੱਸੀ ਦੀ ਵਾਰੀ ਆ, ਦਿਨ ਤੁਸੀਂ ਤਿੰਨ ਤਿੰਨ ਨੱਕੇ ਛੱਡਣਾ ਖਾਸ, ਮੈਨੂੰ ਇੱਕ ਨੱਕਾ ਚਾਹੀਦਾ ਕੱਸੀ ਦਾ। ਲਾਲ ਕਾ ਤੋ ਨਾ ਛੋਟੇ ਵੀਰ, ਕਿੰਨੇ ਨੱਕੇ ਮਾਰ ਦਿਆਂਗੇ ਯਾਰ। ਤੇ ਨਾ ਟਾਇਰ ਤੇ ਪਾਣੀ ਵੱਢੀ, ਸਾਢੇ ਨੌ ਵਜੇ ਪਾਣੀ ਵੱਢਦੇ ਹਾਂ, ਪਹਿਲਾਂ ਨਹੀਂ ਵੱਢਣਾ। ਉਹ ਦੋ ਮਿੰਟ ਤੈਨੂੰ ਹੋਰ ਦਿੱਤੇ, ਅਸੀਂ ਬੱਤੀ 'ਤੇ ਵੱਢ ਦਾਂਗੇ ਵੀਰ। ਮੈਂ ਤੇਰਾ ਲਿਹਾਜ਼ ਕਰਦਾ, ਸਾਡੇ ਚਾਚੇ ਦਾ ਮੁੰਡਾ ਹੈ, ਕਹਿੰਦੀ ਵੱਢ ਕੇ ਵੱਟ ਕੇ ਸੁੱਕਣਾ ਪਾ ਦਾਂਗੇ। ਉਹ ਬਾਈ ਅਮਰੀਕ ਇਹ ਕੌਣ ਸੀ, ਤੈਨੂੰ ਸ਼ਰੇਆਮ ਧਮਕੀ ਦੇ ਗਿਆ? ਉਹ ਕੋਈ ਨਹੀਂ, ਆਪਣੀ ਸ਼ਰੀਕ ਹੈ, ਇਹ ਤਾਂ ਆਪਣੀ ਥੋੜ੍ਹੇ ਜਿਹੇ ਬੈਲੀ ਸੁਣਾਉਂਦੇ ਹੈ। ਉਹ ਮੌਲਿਆ ਤੇਰਾ ਖੂਨ ਇੰਨਾ ਠੰਡਾ ਕਿਵੇਂ ਹੋ ਗਿਆ ਯਾਰ? ਓਏ ਕੋਈ ਗੱਲ ਨਹੀਂ, ਆਪਾਂ ਨੂੰ ਇੱਕ ਅੱਧੇ ਮਿੰਟ ਨਾਲ ਕੀ ਫਰਕ ਪੈਂਦਾ ਹੈ, ਆਪਾਂ ਦੋ ਮਿੰਟ ਲੇਟ ਵੱਢ ਲਾਂਗੇ। ਉਹ ਜੱਟ ਤਾਂ ਅੱਧੇ ਮਿੰਟ ਪਿੱਛੇ ਬੰਦਾ ਮਾਰ ਦਿੰਦਾ, ਤੂੰ ਦੋ ਮਿੰਟ ਛੱਡਦੇ ਇਹਨੂੰ। ਉਹ ਚੜ੍ਹਦਿਆ ਜਿਹਦੇ ਨਾਲ ਮਸਲੇ ਵਿਗੜ ਜਾਂਦੇ ਹੈ, ਉਹ ਫੇਰ ਵੀ ਆਪਣੇ ਸਕੇ ਹੈ। ਜੇ ਆਪਣੇ ਸਕੇ ਚੋਂ ਹੈ, ਚੱਲ ਫਿਰ ਛੱਡ ਇਸ ਗੱਲ ਨੂੰ, ਤਾਂ ਪਿੱਗ ਹੋਰ ਲਾ। ਚੜ੍ਹਦਿਆ ਸੀਗਾ ਤੋਂ ਜਾਣਾ ਕੱਲਾ ਹੀ, ਕੀ ਹੋ ਗਿਆ?
ਓਏ ਹੱਸੀ ਤਾਂ ਮੈਂ ਤਾਂ ਜਾਣਾ ਤੇਰੇ ਪਿੰਡ ਦੇ ਵਿੱਚ ਸਾਰੇ ਜਾਨਵਰਾਂ ਵਾਲੇ ਨਾ ਹੀ ਹੈ ਤੋਤਾ ਮੋਰ ਪੰਛੀ ਹਾਂ ਇੱਕ ਗੱਲ ਹੋਰ ਜ਼ਿਆਦਾ ਹੈ ਆਹ ਪੰਛੀ ਨਾਂ ਦਾ ਬੰਦਾ ਮੈਂ ਕਿਤੇ ਦੇਖਿਆ ਜ਼ਰੂਰ ਹੈ ਉਹ ਜੜਤਿਆ ਤੂੰ ਉਹਨੂੰ ਸ਼ਹਿਰ ਵਿੱਚ ਦੇਖਿਆ ਹੋਊਗਾ ਸ਼ਹਿਰ 'ਚ ਬਾਈ ਕੀ ਕਰਦਾ ਉਹ ਸ਼ਹਿਰ ਵਿੱਚ ਰਹਿ ਕੇ ਵੀ ਨਾ ਸਾਡੇ ਪਿੰਡ ਵਾਸਤੇ ਬਹੁਤ ਵੱਡਾ ਕੰਮ ਕਰਦਾ ਸਾਡੇ ਪਿੰਡ ਦੇ ਵਿੱਚ ਤੈਨੂੰ ਚਿੱਟਾ ਨਾ ਮਿਲੂਗਾ ਚਿੱਟਾ ਛੱਡ ਚਿੱਟਾ ਪੀਣ ਵਾਲਾ ਵੀ ਨਹੀਂ ਮਿਲਦਾ ਤੈਨੂੰ ਇਹਦਾ ਮਤਲਬ ਕਿ ਕੋਈ ਨਸ਼ਾ ਨਹੀਂ ਚੱਲਦਾ ਤੁਹਾਡੇ ਪਿੰਡ 'ਚ ਵੈਸੇ ਤਾਂ ਚੜਤਿਆ ਕੋਈ ਵੀ ਨਸ਼ਾ ਹੈ ਘਰ ਨੂੰ ਅਤੇ ਸਰੀਰ ਨੂੰ ਮਾੜਾ ਹੀ ਮਾੜਾ ਹੈ ਪਰ ਸਾਡੇ ਪਿੰਡ ਦੇ ਵਿੱਚ ਨਾ ਆਯੁਰਵੈਦਿਕ ਨਸ਼ਾ ਚੱਲਦਾ ਇਹ ਸਾਰੀ ਮਿਹਰਬਾਨੀ ਸ਼ਮਸ਼ੇਰ ਬਾਈ ਦੀ ਹੈ ਗੱਲ ਤਾਂ ਪੰਛੀ ਦੀ ਚੱਲਦੀ ਸੀ ਆ ਸ਼ਮਸ਼ੇਰ ਬਾਈ ਕਿੱਥੋਂ ਆ ਗਿਆ ਓਏ ਪੰਛੀ ਦਾ ਨਾਂ ਹੀ ਸ਼ਮਸ਼ੇਰ ਸਿੰਘ ਹੈ ਉਹ ਮੇਰੇ ਪ੍ਰਾਇਮਰੀ ਸਕੂਲ ਦਾ ਯਾਰ ਹੈ ਅਸੀਂ ਉਹਨੂੰ ਪ੍ਰਾਇਮਰੀ ਸਕੂਲ 'ਚ ਪਿਆਰ ਨਾਲ ਪੰਛੀ ਕਹਿੰਦੇ ਸੀ ਉਹ ਨਸ਼ੇ ਦੇ ਤਸਕਰ ਸੀ ਨਾ ਜਿਹੜੇ ਉਹਦੇ 'ਤੇ ਖਾਰ ਖਾਂਦੇ ਹੈ ਓਏ ਉਹਨੂੰ ਕਹਿੰਦੇ ਆ ਪੰਛੀ ਟੌਟ ਹੈ ਟੌਟ ਓਏ ਤੂੰ ਕਿਉਂ ਘਬਰਾਈ ਜਾਂਦਾ ਉਹ ਤੈਨੂੰ ਮੈਂ ਦੱਸਦਾ ਉਹ ਟੌਟ ਬਣਿਆ ਕਿਵੇਂ ਹੈ ਦੇਖ ਵੀ ਰਾਜੂ ਤੇਰਾ ਪਿਓ ਵਸੀਅਤ ਕਰਾ ਗਿਆ ਸੀ ਅੱਧਾ ਹਿੱਸਾ ਤੇਰਾ ਅਤੇ ਅੱਧਾ ਤੇਰੇ ਭਰਾ ਦਾ ਠੀਕ ਆ ਅਤੇ ਉਹਨਾਂ ਨੂੰ ਤੁਸੀਂ ਦੋ ਹਿੱਸਿਆਂ 'ਚ ਵੰਡਣਾ ਅਤੇ ਲੜਨਾ ਨਹੀਂ ਸਰਪੰਚ ਸਾਹਿਬ ਹਾਂ ਵੀ ਕੀ ਗੱਲ ਹੋ ਗਈ ਬਿੰਦਰਾ ਸਰਪੰਚ ਸਾਹਿਬ ਮੈਂ ਲੁੱਟਿਆ ਗਿਆ ਪੱਟਿਆ ਗਿਆ ਮੇਰਾ ਇੱਕੋ ਪੁੱਤ ਸੀ ਉਹ ਚਿੱਟੇ ਨੇ ਖਾ ਲਿਆ ਹੁਣ ਇਹ ਨਸ਼ਾ ਪਿੰਡ 'ਚੋਂ ਬੰਦ ਹੋਣਾ ਸਹੀ ਕਹਿੰਦਾ ਬਿੰਦਰ ਆਪਣੇ ਪਿੰਡ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਚਿੱਟੇ ਨਾਲ ਤਿੰਨ ਨੌਜਵਾਨਾਂ ਦੀਆਂ ਮੌਤਾਂ ਹੋਈ ਸਰਪੰਚ ਸਾਹਿਬ ਹੁਣ ਆਪਾਂ ਨੂੰ ਗੁੱਸਾ ਕਰਨਾ ਹੀ ਸਰਪੰਚ ਸਾਹਿਬ ਸਹੀ ਕਹਿੰਦੇ ਨੇ ਪਿੰਡ ਦੇ ਲੋਕ ਇਹ ਚਿੱਟੇ ਦਾ ਨਸ਼ਾ ਹੁਣ ਪਿੰਡ 'ਚੋਂ ਬੰਦ ਕਰਨਾ ਪਊਗਾ ਇਹ 2.5 ਇੰਚ ਦੀ ਸਰੰਜ ਸਾਡੇ 6-6 ਫੁੱਟ ਗੱਭਰੂ ਖਾ ਗਈ ਘਰਾਂ ਦੇ ਘਰ ਖਾਲੀ ਹੋਈ ਜਾਂਦੇ ਨੇ ਆਹ ਤਾਜ਼ੀ ਤਾਜ਼ੀ ਘਟਨਾ ਆਪਣੀ ਅੱਖਾਂ ਸਾਹਮਣੇ ਵਾਪਰੀ ਆ ਪਿੰਦਰ ਬਾਈ ਨੇ ਕਿੰਨੇ ਚਾਹ ਸੀ ਕਿ ਮੈਂ ਮੁੰਡਾ ਵਿਆਹਾਂਗਾ ਘਰ ਵਿੱਚ ਨੂੰਹ ਲੈ ਕੇ ਆਵਾਂਗਾ ਪੋਤੇ ਪੋਤੀਆਂ ਨਾਲ ਲਾਡ ਲਡਾਵਾਂਗਾ ਇਹਦਾ ਸਾਰਾ ਕੁਝ ਖਤਮ ਹੋ ਗਿਆ ਤੂੰ ਤੂੰ ਤਾਂ ਵਿਕਰਾ ਪੁਲਿਸ 'ਚ ਹੈ ਤੂੰ ਤਾਂ ਸਭ ਕੁਛ ਕਰ ਸਕਦਾ ਹੱਥ 'ਤੇ ਹੱਥ ਰੱਖੀ ਬੈਠੇ ਹਾਂ ਤੂੰ ਨਹੀਂ ਕਰ ਸਕਦਾ ਕੁਝ ਸ਼ਮਸ਼ੇਰ ਸਿਆਂ ਅਸੀਂ ਕਰ ਤਾਂ ਸਭ ਕੁਛ ਸਕਦੇ ਹਾਂ ਪਰ ਸਾਨੂੰ ਤੁਹਾਡਾ ਸਾਥ ਚਾਹੀਦਾ ਚਿੱਟੇ ਵਾਲੇ ਫੜਾਈ ਦੇ ਮਗਰੋਂ ਆ ਉਹ ਪਿੰਡ ਵਿੱਚ ਪਹਿਲਾਂ ਆ ਜਾਂਦੇ ਆ ਤੁਸੀਂ ਵੀ ਨਾਲ ਹੀ ਰਲੇ ਹੋਏ ਹੋ ਸ਼ਮਸ਼ੇਰ ਸਿਆਂ ਮੈਂ ਮੰਨਦਾ ਬਹੁਤ ਸਾਰੇ ਇੱਥੇ ਗਲਤ ਅਫਸਰ ਆ ਜੋ ਗਲਤ ਕੰਮ ਕਰਦੇ ਆਪਣੀਆਂ ਜੇਬਾਂ ਭਰਨ ਵਾਸਤੇ ਪਰ ਮੈਂ ਆਪਦੀ ਡਿਊਟੀ ਇਮਾਨਦਾਰੀ ਨਾਲ ਕਰਦਾ ਅਤੇ ਕਰਦਾ ਰਹਾਂਗਾ ਕਿਉਂ ਪਿੰਡ ਵਾਲਿਓ ਤਿਆਰ ਹੋ ਸਾਥ ਦੇਣ 'ਚ ਅੱਜ ਤੋਂ ਬਾਅਦ ਪਿੰਡ 'ਚ ਚਿੱਟਾ ਨਹੀਂ ਵਿਕੂਗਾ ਦੇਖ ਵੀ ਸ਼ਮਸ਼ੇਰ ਸਿਓ ਹੁਣ ਇਸ ਗੱਲ ਤੋਂ ਮੁੱਕਰੀ ਨਾ ਇਸ ਵਿੱਚ ਤੇਰੀ ਜਾਨ ਵੀ ਜਾ ਸਕਦੀ ਆ ਕਿਉਂਕਿ ਚਿੱਟੇ ਦੇ ਵਪਾਰੀ ਹੁਣ ਤੇਰੇ ਮਗਰ ਹੱਥ ਧੋ ਕੇ ਪੈ ਜਾਣਗੇ ਪੰਚ ਸਾਹਿਬ ਜੇ ਮੇਰੀ ਜਾਨ ਜਾਣ ਨਾਲ ਪਿੰਡ ਦੀ ਜਵਾਨੀ ਵੱਜਦੀ ਆ ਤਾਂ ਮੈਨੂੰ ਇਸ ਜਾਨ ਦੀ ਕੋਈ ਪਰਵਾਹ ਨਹੀਂ ਪਿੰਡ 'ਚ ਲਾਅ ਸਮੈਂਟ ਕਰਵਾ ਦਿਓ ਜਿਹੜੇ ਚਿੱਟੇ ਦਾ ਕਾਰੋਬਾਰ ਕਰਦੇ ਆ ਉਹ ਬੰਦ ਕਰ ਦੇਣ ਅਤੇ ਜਿਹੜੇ ਆਪਣੀ ਜਵਾਨੀ ਨਸ਼ੇ ਦੀ ਲਪੇਟ 'ਚ ਆ ਗਈ ਅਤੇ ਉਹਨਾਂ ਦਾ ਫ੍ਰੀ ਇਲਾਜ ਹੋਣਾ ਚਾਹੀਦਾ ਕਿਉਂ ਬਈ ਹਾਂ ਬਈ ਪਿੰਡ ਵਾਲਿਓ ਇਸ ਗੱਲ ਨਾਲ ਸਹਿਮਤ ਆ ਆਪਾਂ ਫਿਰ ਦਵਾ ਦੇਈਏ ਹੁੱਕਾ ਸਾਰੇ ਪਿੰਡ 'ਚ ਹਾਂਜੀ ਸਰਪੰਚ ਸਹਿਮਤ ਆ ਸਾਰੇ ਉਸ ਦਿਨ ਤੋਂ ਸਾਡੇ ਪਿੰਡ 'ਚ ਚਿੱਟੇ ਦਾ ਖਾਤਮਾ ਹੋ ਗਿਆ ਚੜ੍ਹਤਿਆ ਨਾਲੇ ਚੋਰੀਆਂ ਚਕਾਰੀਆਂ ਬੰਦ ਹੋ ਗਈਆਂ ਪੰਛੀ ਇਮਾਨਦਾਰਾਂ ਦਾ ਪੱਕਾ ਦੋਸਤ ਹੈ ਤੇ ਬੇਈਮਾਨਾਂ ਦਾ ਪੱਕਾ ਦੁਸ਼ਮਣ ਅੱਛਾ ਤਾਂਹੀਓ ਲੋਕ ਉਹਨੂੰ ਪੰਛੀ ਕਹਿੰਦੇ ਆ ਦੂਰ ਦੂਰ ਦੀਆਂ ਖ਼ਬਰਾਂ ਰੱਖਦਾ ਹੈ ਪੈਸੇ ਦੇ ਕੇ ਨਹੀਂ ਗਿਆ ਕਹਿੰਦਾ ਕੱਲ ਨੂੰ ਦਊਂਗਾ ਫੋਟੋ ਵੀ ਹੁਣ ਪੰਛੀ ਕੱਲ ਨੂੰ ਦੇਖੋ
ਇਹ ਬੰਦਾ ਤਾਂ ਮੈਂ ਅੱਜ ਅਮਰੀਕ ਕੋਲ ਵੇਖਿਆ ਚੜ੍ਹਦਾ ਚੱਲ ਵੀ ਲੱਭ ਗਿਆ ਮੁਜਰਮ ਲੱਭ ਗਏ ਭੈੜੇ ਦੀ ਉਹ ਚੜ੍ਹਦਿਆ ਪੈਗ ਪਾ ਲੈਂਦੇ ਹੋ ਬਈ ਉਹ ਪਾਣੀ ਲਾਉਣ ਵੀ ਚੱਲਣਾ ਹੈ ਪਾਣੀ ਦੀ ਵਾਰੀ ਵੀ ਜ਼ਰੂਰੀ ਹੈ ਉਹ ਕੋਈ ਨੀ ਲਾਵਾਂਗੇ ਪਾਣੀ ਚੱਲ ਆ ਚੱਲ ਗਏ ਮੋਟਰ ਆ ਲਿਆ ਹੁਣ ਮੈਂ ਚਲਾਉ ਮੋਟਰਸਾਈਕਲ ਮੈਂ ਚਲਾਉ ਮੋਟਰਸਾਈਕਲ ਮੈਂ ਤੁਹਾਨੂੰ ਦੀ ਹਾਲਤ ਨਹੀਂ ਅਮਰੀਕਾ ਉਹ ਤੇਰਾ ਦੋਸਤ ਕਿੱਥੇ ਆ ਅਮਰੀਕਾ ਚੜ੍ਹਦਾ ਕਿੱਥੇ ਆ ਨੌ ਵੱਜ ਕੇ 25 ਮਿੰਟ ਹੋ ਗਏ ਚੱਲ ਵੱਢ ਲੈਨੇ ਇਹ ਤਾਂ ਖੂਨ ਨਿਕਲਿਆ ਇਹ ਤਾਂ ਮਰ ਗਿਆ ਚਲੋ ਭੱਜੋ ਇਹ ਤਾਂ ਚੜ੍ਹਦਾ ਸੀ ਮੈਂ ਵੇਖਦਾ ਕੀ ਕਰਕੇ ਭੱਜਿਆ ਚੰਦਰ ਮਾਰਤਾ ਉਹਦੇ ਘਰ ਦਾ ਕਲੇਸ਼ ਮਟਾਉਣਗੇ ਹਾਂਜੀ ਬਾਬਾ ਜੀ ਮੇਰੇ ਘਰ ਵਾਲਾ ਕਲੇਸ਼ ਕਰਦਾ ਜੀ ਅੱਗੇ ਉਹ ਇਹ ਜੇ ਹੈ ਨਹੀਂ ਸੀ ਹੁਣ ਪਤਾ ਨਹੀਂ ਕੀ ਹੋ ਗਿਆ ਉਹਨਾਂ ਨੂੰ ਹਾਂ ਬੀਬਾ ਜੀ ਜਿਵੇਂ ਤੂੰ ਦੱਸਿਆ ਮੇਰੇ ਘਰ ਵਾਲਾ ਬਦਲ ਗਿਆ ਉਹ ਨਹੀਂ ਬਦਲਿਆ ਪਰ ਤੂੰ ਬਦਲ ਗਈ ਆ ਬਾਬਾ ਜੀ ਮੈਂ ਕਿਵੇਂ ਬਦਲ ਗਈ ਮੈਨੂੰ ਸਮਝ ਨਹੀਂ ਲੱਗੀ ਬੀਬਾ ਇੱਕ ਤਾਂ ਤੂੰ ਸਰੀਕਾਂ ਨੂੰ ਦੇਖ ਕੇ ਬਹੁਤਾ ਮੱਚਦੀ ਆ ਤੇ ਦੂਜਾ ਨਾਟਕ ਬਹੁਤ ਦੇਖਦੀ ਆ ਬਾਬਾ ਜੀ ਮੈਂ ਦੇਖ ਕੇ ਕਿਸੇ ਨੂੰ ਮੱਚਦੀ ਤਾਂ ਨਹੀਂ ਪਰ ਮੈਂ ਨਾਟਕ ਜ਼ਰੂਰ ਦੇਖਦੀ ਬੀਬਾ ਤੂੰ ਕਿਸੇ ਦੀ ਰੀਸ ਨਾ ਕਰਿਆ ਕਰ ਤੈਨੂੰ 5 ਵੀਰਵਾਰ ਚੌਂਕੀਆਂ ਭਰਨੀਆਂ ਪੈਣੀਆਂ ਤੇਰਾ ਕੰਮ ਲੋਟ ਹੋਜੂ ਅਸੀਂ ਤਾਂ ਅਰਦਾਸ ਬੇਨਤੀ ਕਰਦੇ ਹਾਂ ਬਾਕੀ ਉੱਪਰ ਵਾਲੇ ਦੇ ਹੱਥ ਹੈ ਸਤ ਵਚਨ ਬਾਬਾ ਜੀ ਕੀ ਕਰੀ ਜਾਂਦਾ ਤੈਨੂੰ ਦਿਸੀ ਤਾਂ ਜਾਂਦਾ ਕੀ ਕਰੀ ਜਾਂਦਾ ਮੈਨੂੰ ਤਾਂ ਪਤਾ ਤਾਂ ਹੀ ਤਾਂ ਤੈਨੂੰ ਇੱਕ ਗੱਲ ਦੱਸਣਾ ਆ ਕਿ ਆਪਣੇ ਜੰਗਲ ਵਾਲੇ ਡੇਰੇ 'ਚ ਬਹੁਤ ਵਧੀਆ ਬਾਬਾ ਆਇਆ ਜਿਹੜਾ ਬਚਨ ਮੂੰਹੋਂ ਕਹਿ ਦੇ ਉਹ ਪੂਰਾ ਹੁੰਦਾ ਇੱਕ ਵੇਖ ਕਹਿ ਲਿਆ ਊਂ ਤਾਂ ਤੂੰ ਮੇਰੀ ਹਮਦਰਦੀ ਕਰਦਾ ਠੀਕ ਗੱਲ ਆ ਪਰ ਇਹਨਾਂ ਸਾਧਾਂ ਕੋਲੇ ਕੁਛ ਨਹੀਂ ਰੱਖਿਆ ਮੈਂ ਬਹੁਤ ਧੱਕੇ ਖਾ ਕੇ ਵੇਖ ਲਏ ਇਹਨਾਂ ਦੇ ਪੱਲੇ ਕੱਖ ਨਹੀਂ ਗਾ ਤੇਰਾ ਕੀ ਜਾਂਦਾ ਪਾਲਿਆ 7 ਦਿਨ ਦੀਵਾ ਹੀ ਲਾਉਣਾ ਇੱਥੇ ਤਾਂ ਜਾਣਾ ਕੀ ਪਤਾ ਤੇਰਾ ਵਿਆਹ ਹੀ ਹੋ ਜਾਏ ਕਮਲਿਆ ਚੱਲ ਠੀਕ ਆ ਕਹਿ ਲਿਆ ਜੇ ਤੂੰ ਕਹਿੰਦਾ
ਤਾਂ ਮੰਨ ਲੈਨੇ ਆ, ਪਰ ਮੈਨੂੰ ਇਹਨਾਂ ਤੇ ਯਕੀਨ ਹੈ ਨੀ। ਤੇਰੇ ਕਹਿਣ ਤੇ ਚੱਲ ਵੜਦਾ। ਉਹ ਪਾਲਿਆ, ਵੱਧ ਤੋਂ ਵੱਧ 100-200 ਲੱਗ ਜੂ। ਬਾਲੀ ਗੱਲ ਆ, ਮੈਂ ਦੇ ਦੂ। ਤੂੰ ਇੱਕ ਵਾਰੀ ਜਾ ਕੇ ਤਾਂ ਦੇਖ ਕੇ ਲਿਆ। ਗੱਲ 100-200 ਦੀ ਨਹੀਂ, ਗੱਲ ਤਾਂ ਸੱਚੀ ਹੋਣੀ ਚਾਹੀਦੀ ਹੈ। ਗੱਲ ਸੱਚੀ ਹੋਵੇ ਮੈਂ ਨਿੱਤ ਜਾਣ ਨੂੰ ਤਿਆਰ ਹਾਂ। ਇੱਕ ਵਾਰੀ ਮੇਰੇ ਆਖੇ ਤਾਂ ਲੱਗ, 7 ਦਿਨਾਂ ਦੀ ਤਾਂ ਗੱਲ ਆ, ਫਿਰ ਭਾਵੇਂ ਮੇਰੇ ਆਖੇ ਕਦੇ ਨਾ ਲੱਗੀ। ਠੀਕ ਆ, ਤੇਰੇ ਕਹਿਣ 'ਤੇ ਕੱਲ੍ਹ ਮੈਂ ਜਾਇਆ। ਚੰਗਾ ਫਿਰ, ਮੈਂ ਚੱਲਦਾ। ਚੰਗਾ, ਮੈਂ ਵੀ ਆਪਦੇ ਧੌਲੇ ਧੌਲੇ ਲੋਡ ਕਰ। ਮੇਰਾ ਬੜਾ ਜੀ ਕਰਦਾ ਕੋਈ ਮੇਰੇ ਵੀ ਹੋਵੇ ਜਿਹੜੀ ਮੇਰੀ ਪਿੱਠ ਤੇ ਸਾਬਣ ਲਾਵੇ। ਐ ਕਰ, ਆਪਾਂ ਬਾਬੇ ਕੋਲ ਚੱਲਦੇ ਆ। ਅੱਛਾ, ਹਾਂ ਭੈਣੇ, ਕੋਈ ਨੀ, ਹੋ ਜੂਗਾ ਹਰ। ਕੋਈ ਨੀ, ਤੂੰ ਮੇਰੇ ਨਾਲ ਤਾਂ ਚੱਲ। ਬਾਬਾ ਜੀ, ਇਹਨਾਂ ਦੇ ਬਾਲ ਬੱਚਾ ਨਹੀਂ ਹੁੰਦਾ। ਬਾਬਾ ਜੀ, ਕੋਈ ਕਰੋ ਕਿਰਪਾ ਤੁਸੀਂ। ਬੱਚਾ, ਪਰਮਾਤਮਾ ਸਭ ਦੀ ਭਲੀ ਕਰਦਾ, ਇਹਨੂੰ ਕਹੋ ਕਿ ਡੇਰੇ ਚਾ ਕੇ ਸੇਵਾ ਕਰਿਆ ਕਰਨ। ਸਤਿ ਵਚਨ ਬਾਬਾ ਜੀ। ਗੁਰੂ ਭਲਾ ਕਰੇ ਭਾਈ। ਉਹ ਬੈਠਾ ਬਾਬਾ, ਉਹ ਗੱਲ ਗੱਲ ਸੁਣ, ਗੱਲ ਸੁਣ। ਬਾਬਾ ਕਿਤੇ ਦੇਖਿਆ ਨੀ ਲੱਗਦਾ। ਓਏ ਜੇ ਇਹਦੀ ਆਪਾਂ ਦਾੜੀ ਛੋਟੀ ਕਰਾ ਦਈਏ, ਆ ਵਾਲ ਬੋਲ ਜੇ ਕਟਾ ਦਈਏ, ਇਹ ਚੜ੍ਹਤਾ ਨੀ ਲੱਗੋ? ਲੱਗਦਾ ਤਾਂ ਮੈਨੂੰ ਵੀ ਉਹੀ ਆ। ਚਲ ਐਂ ਕਰ, ਆਪਾਂ ਹੁਣੇ ਪ੍ਰੀਖਿਆ ਲੈ ਕੇ ਦੇਖ ਲੈਂਦੇ, ਗੱਲ ਹੀ ਕੋਈ ਨੀ। ਚੱਲ, ਧੰਨ ਭਾਗ ਬਾਬਾ ਜੀ, ਧੰਨ ਭਾਗ ਬਾਬਾ ਜੀ, ਧੰਨ ਭਾਗ ਧੰਨ ਭਾਗ ਬਾਬਾ ਜੀ। ਧਰਮ ਨਾ ਮੈਂ ਨਾ ਦੱਸਾਂ ਬਾਬਾ ਜੀ, ਤੁਸੀਂ ਨੇਰਾ ਕਰਾਮੂਤ ਕਰਾਮੂਤ ਨੀ ਹੋਏ, ਕਰਾਮਾਤ। ਬੱਚਾ, ਮੈਨੂੰ ਤੁਸੀਂ ਮਜ਼ਾਕ ਹੀ ਲੱਗਦੇ ਹੋ। ਜੇ ਬਾਬਿਆਂ ਕੋਲ ਆਉਣਾ ਹੁੰਦਾ ਨਾ, ਸਰਦਾ ਭਾਵਨਾ ਨਾ ਆਇਆ ਕਰੋ। ਰੌਲਾ ਤਾਂ ਬਾਬਾ ਜੀ ਉਸੇ ਚੀਜ਼ ਦਾ, ਸ਼ਰਧਾ ਜਾਂ ਭਾਵਨਾ, ਇਹ ਦੋਹਾਂ 'ਚੋਂ ਇੱਕ ਵੀ ਸਾਡੇ ਕੋਲ ਹੁੰਦੀ। ਤੇਰੇ ਕੋਲ ਕੋਈ ਡੋਕੇ ਲੈਣਾ ਹੋਣਾ ਸੀ, ਵਿਆਹ ਤਾਂ ਹਲਾ ਹੁੰਦਾ ਨਹੀਂ। ਕੀ ਮਤਲਬ ਆ ਤੁਹਾਡਾ? ਉਹ ਮੇਰਾ ਮਤਲਬ ਆ ਜੀ, ਸ਼ਰਧਾ ਭਾਵਨਾ ਵੀ ਕੀ ਕਰੂਗੀ? ਆਹ ਪਖੰਡੀ ਬਾਬਿਆਂ ਨੇ ਜੀ ਮਾਰ ਮਾਰ ਕੇ ਠੱਗੀਆਂ, ਸ਼ਰਧਾ ਭਾਵਨਾ ਵੀ ਖਤਮ ਕਰਤੀ। ਅੱਜ ਕੱਲ੍ਹ ਤਾਂ ਭਾਈ ਨਕਲੀ ਬਾਬੇ ਵੀ ਅਸਲੀ ਲੱਗਦੇ ਆ। ਕਿਉਂ ਚੜ੍ਹਦੇ ਆ? ਉਮਰ, ਇਹਦਾ ਮਤਲਬ ਤੁਸੀਂ ਮੈਨੂੰ ਪਹਿਚਾਣ ਲਿਆ? ਆਹੋ, ਪਛਾਣ ਲਿਆ। ਉਹ ਦਾੜੀ ਵੱਡੀ ਰੱਖਣ ਨਾਲ ਤੇ ਵਾਲ ਵੱਡੇ ਰੱਖਣ ਨਾਲ ਕੋਈ ਬਾਬਾ ਨਹੀਂ ਬਣ ਜਾਂਦਾ, ਚੜ੍ਹਦੇ ਆ। ਗੱਲ ਸੁਣੋ, ਤੁਹਾਡੇ ਮੂਹਰੇ ਹੱਥ ਬੰਨੇ, ਇਸ ਰਾਜ ਨੂੰ ਰਾਜ ਹੀ ਰਹਿਣ ਦਿਓ। ਤੁਸੀਂ ਦੱਸੋ ਪੈਸੇ ਕਿੰਨੇ ਚਾਹੀਦੇ ਆ? ਪੈਸੇ ਮੰਗਲਾ ਸਾਡਾ ਦਿਮਾਗ ਖਰਾਬ ਆ ਜੀ, ਦੱਸਾਂਗੇ ਪੈਸੇ ਲਿਆ। ਪੰਜਾਹ ਹਜ਼ਾਰ ਜ਼ਿੰਦਗੀ ਚ ਨੀ ਵੀ ਦੇਖਿਆ, ਪਰ ਸਾਲਾ ਲੁੱਕ ਦੁੱਕ ਦੇ ਬਣ ਗਿਆ। ਓਏ, ਕਿਹਦੀ 50,000 ਦੀ ਗੱਲ ਕਰਦਾ? ਖੜ ਜਾ, ਆਪਾਂ ਲਾਉਣੇ ਸਕੀਮ। ਕਿਵੇਂ? 50,000 ਰੁਪਇਆ ਹੋਰ ਡੁੱਕਾਂਗੇ। ਚੱਲ ਓਏ, ਚੱਲ ਕਿਵੇਂ ਆ ਮਿਲ ਗਿਆ? ਠੀਕ ਆ ਬਾਈ ਜੀ, ਰੁਕ ਲਿਆ।
ਕੀ ਕੰਮ ਪੈ ਗਿਆ ਅੱਜ ਬਾਈ ਪੰਛੀ ਜੇ ਤੈਨੂੰ ਇੱਕ ਕਾਤਲ ਦੀ ਸੂਹ ਦੇਵਾਂ ਕਿਹੜਾ ਹੋਈ ਜਿਹਨੂੰ ਤੂੰ ਲੱਭਦਾ ਫਿਰਦਾ ਤੂੰ ਕਿਹੜੇ ਦੀ ਗੱਲ ਕਰਦਾ ਓਏ ਬਾਈ ਚੜ੍ਹਤੇ ਦੀ ਚੜ੍ਹਤਾ ਉਹ ਦੱਸਦਾ ਦੇਵਾਂਗੇ ਪਰ ਸਾਡੀ ਸੇਵਾ ਪਾਣੀ ਕੀ ਕਰੇਗਾ ਸੇਵਾ ਪਾਣੀ ਉਹ ਤੁਸੀਂ ਹੁਕਮ ਤਾਂ ਕਰੋ ਦੱਸੋ ਕਿੰਨੇ ਚਾਹੀਦੇ ਆ ਐਂ ਕਰੋ ਫਿਰ ਬਾਈ ਜੀ 50,000 ਰੁਪਏ ਦਾ ਕਰ ਦਿਓ ਓਏ ਇੰਨੇ ਪੈਸੇ ਬਾਹਲੇ ਆ ਯਾਰ ਇਹ ਤਾਂ ਅੱਛਾ ਜ਼ਿਆਦੇ ਆ ਚੱਲ ਫਿਰ ਆਪ ਹੀ ਲੱਭ ਲਈ ਓਏ ਰੁਕੋ ਦੱਸੋ ਤਾਂ ਸਹੀ ਕਿੱਥੇ ਆ ਕਰ ਦਿੰਦੇ ਆ ਪੈਸੇ ਦਾ ਹੱਲ ਆਪਾਂ ਉਹ ਬਾਈ ਜੀ ਤੁਸੀਂ ਪੈਸਿਆਂ ਦਾ ਹੱਲ ਕਰਵੋ ਬੰਦਾ ਤਾਂ ਤੁਹਾਨੂੰ ਐਂ ਦੱਸ ਦਿਆਂਗੇ ਵੀ ਕਿੱਥੇ ਬੈਠਾ ਡੇਰਾ ਲਾਈ ਪਤਾ ਟਿਕਾਣਾ ਲਿਖ ਕੇ ਰੱਖਿਓ ਮੈਂ ਪੈਸੇ ਲੈ ਕੇ ਆਉਂਦਾ ਠੀਕ ਆ ਬਾਈ ਜੀ ਸਵੇਰੇ ਸਵੇਰੇ ਦੇ ਦੂੰਗਾ ਪਤਾ ਚੰਗਾ ਓਕੇ ਜੀ ਸਰ ਚੰਗਾ ਬਾਈ ਮੈਂ ਤੈਨੂੰ ਕਿਹਾ ਸੀ ਨਾ ਵੀ ਲਾਵਾਂਗੇ ਜਗਾੜ 50,000 ਰੁਪਏ ਬਣ ਉਹ ਕੰਜਰ ਦਾ ਹੁਣ ਤਾਂ ਨਵੀਂ ਫਿਲਮ ਦੇਖਾਂਗੇ ਬਾਬਾ ਜੀ ਹੁਣ ਤਾਂ ਮੈਂ 7 ਦੀਵੇ ਲਾ ਤੇ ਹੁਣ ਤਾਂ ਕਰੂ ਕਿਰਪਾ ਕਰੂ ਪਰਮਾਤਮਾ ਭਲੀ ਕਰੂਗਾ ਬੱਚਾ ਇੰਨੇ ਚਿਰ ਤੇ ਤਾਂ ਰੱਬ ਰੂੜੀ ਦੀ ਸੁਣ ਲੈਂਦਾ ਜੀ ਕੋਈ ਨੀ ਪਰਮਾਤਮਾ ਭਲੀ ਕਰੂਗਾ ਕਰੋ ਜੀ ਕਿਰਪਾ ਕਰੋ ਸੀ ਜੀ ਸਰ ਜੀ ਆ ਬੈਠਾ ਚੜ੍ਹਤਾ ਫੜ ਇਹਨੂੰ ਆਹ ਦੇਖ ਲਓ ਆਹ ਦੇਖੋ ਕਿਵੇਂ ਇਹ ਕਤਲ ਕਰਕੇ ਭੱਜਿਆ ਹੋਇਆ ਮੁਜਰਮ ਹੈ ਇਹ ਜਿਹਨੂੰ ਤੁਸੀਂ ਬਾਬਾ ਸਮਝਦੇ ਆ ਇਹੋ ਜਿਹੇ ਬਾਬਿਆਂ ਨੇ ਅੱਗੇ ਬਹੁਤ ਘਰ ਪੱਟੇ ਆ ਹੈ ਆ ਬਾਬਾ ਮੈਨੂੰ ਐਵੇਂ 7 ਦਿਨ ਦੀ ਵਾਲ ਆਉਂਦੇ ਨੂੰ ਹੋ ਗਏ ਵਾਹ ਬਾਬਾ ਮਤੋਈ ਮੈਨੂੰ ਤਾਂ ਕੀ ਦੇਣਾ ਸੀ ਮੇਰੇ ਬਾਪੂ ਵਾਲੀ ਵੀ ਖੋਈ ਆਹ ਦੇਖੋ ਬਈ ਇਹਨਾਂ ਮਗਰ ਨਾ ਲੱਗਿਆ ਕਰੋ ਬਾਬਿਆਂ ਦੇ ਇਹਨਾਂ ਨੇ ਬਹੁਤ ਘਰ ਪੱਟੇ ਆ ਠੀਕ ਹੈ ਨਾ ਤੁਸੀਂ ਆਉਨੇ ਕਿਤੇ ਬਾਬੇ ਨੂੰ ਦੁੱਧ ਪਿਆਤਾ ਕਿਤੇ ਬਾਬੇ ਨੂੰ ਦੁੱਧ 'ਚ ਪੱਤੀ ਪਾਤੀ ਕਿਤੇ ਕੁਛ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਕਰੋ ਆਹ ਦੇਖ ਲਓ ਇਹਨਾਂ ਨੇ ਤਾਂ ਪਹਿਲਾਂ ਹੀ ਬਹੁਤ ਘਰ ਪੱਟਤੇ ਮੈਨੂੰ ਹੋ ਗਏ 7 ਦਿਨ ਦੀਵਾ ਲਾਉਂਦੇ ਨੂੰ ਮੈਂ ਗੁਰੂ ਘਰ ਜਾਣਾ ਛੱਡ ਕੇ ਇਹਦੇ ਪਿੱਛੇ ਲੱਗ ਗਿਆ ਸੀ ਜੇ ਚੰਗੇ ਆਉਂ ਤਾਂ ਗੁਰੂ ਘਰ ਜਾਇਆ ਕਰੋ ਇਹੋ ਜਿਹੇ ਸਾਧਾਂ ਪਿੱਛੇ ਨਾਲ ਇਹਨਾਂ ਨੇ ਆਪਦੇ ਪੁੱਲੀਆਂ ਤੋਂ ਮਹਿਲ ਬਣਾ ਲਏ ਆਪਣੇ ਕੋਲੇ ਜਿਹੜਾ ਸੀਗਾ ਆਪਾਂ ਉਹ ਵੀ ਗਵਾ ਲਿਆ ਇਹਨਾਂ ਪਿੱਛੇ ਲੱਗ ਕੇ ਲੈ ਜਾਓ ਥਾਣੇਦਾਰ ਸਾਹਿਬ ਇਹਨੂੰ ਆ ਫੜ ਆ ਫੜ ਚੱਲ ਇਹਨੂੰ ਲੱਦ ਚੰਗੀ ਸਤਰਾਉਣ ਕਰੋ ਉਹ ਭਾਈ ਕੁੜੀਏ ਹੁਣ ਤੂੰ ਇੱਧਰ ਸਾਧ ਨਹੀਂ ਬਣੀ ਬੈਠੀ ਆ ਸਾਧ ਤਾਂ ਤੇਰਾ ਗਿਆ 20 ਸਾਲ ਲਈ ਅੰਦਰ ਤੂੰ ਵੀ ਵਗ ਜਾ ਘਰੇ ਨਾ ਬਾਈ ਜੀ ਮੈਨੂੰ ਤਾਂ ਨਹੀਂ ਲੱਗਦਾ ਵੀ ਮੇਰਾ ਵਿਆਹ ਹੋਊਗਾ ਬਾਬਾ ਤਾਂ ਅੰਦਰ ਚਲਾ ਗਿਆ ਉਹ ਕੰਜਰਾ ਬਾਬੇ ਦਾ ਤਾਂ ਆਪਦਾ ਵਿਆਹ ਨਹੀਂ ਹੋਇਆ ਤੁਹਾਡਾ ਕਿੱਥੋਂ ਕਰ ਦੂਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਸਾਡੀ ਫਿਲਮ ਤੁਹਾਨੂੰ ਕਿੱਦਾਂ ਦੀ ਲੱਗੀ ਜੀ ਤੁਸੀਂ ਸਾਨੂੰ ਕਮੈਂਟਾਂ ਰਾਹੀਂ ਦੱਸ ਸਕਦੇ ਹੋ ਜੀ ਔਰ ਇਸ ਵਿੱਚ ਜੇ ਕੋਈ ਕਮੀ ਪੇਸ਼ੀ ਤੁਹਾਨੂੰ ਲੱਗਦੀ ਹੈ ਉਹ ਸਾਨੂੰ ਜ਼ਰੂਰ ਦੱਸੋ ਤਾਂ ਜੋ ਕਮੀ ਪੇਸ਼ੀ ਉਹ ਅਸੀਂ ਅਗਲੀ ਫਿਲਮ ਹੈ ਜੋ ਉਸਦੇ ਵਿੱਚ ਅਸੀਂ ਕੱਢ ਸਕੀਏ ਔਰ ਸਾਰਿਆਂ ਨੇ ਸਾਡੇ ਚੈਨਲ 'ਤੇ ਦੱਬ ਕੇ ਜ਼ੋਰ ਦੇਣਾ ਜੀ ਸਾਰਿਆਂ ਨੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਲਾਈਕ ਸ਼ੇਅਰ ਕਮੈਂਟਾਂ ਰਾਹੀਂ ਸਾਨੂੰ ਦੱਸਣਾ ਕਿ ਸਾਡੀ ਜੋ ਟੀਮ ਨੇ ਮਿਹਨਤ ਕੀਤੀ ਹੈ ਉਹ ਤੁਹਾਨੂੰ ਕਿੱਦਾਂ ਦੀ ਲੱਗੀ ਜੇ ਕੋਈ ਕਮੀ ਪੇਸ਼ੀ ਸਾਨੂੰ ਜ਼ਰੂਰ ਦੱਸਿਓ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ